ਸੋ ਦੋਸਤੋ ਹੁਣੇ ਹੁਣੇ ਇੱਕ ਵੱਡੀ ਤੇ ਦੁਖਦ ਖਬਰ ਸਾਹਮਣੇ ਆਈ ਹੈ। ਹੁਣ ਤੱਕ ਤੁਹਾਨੂੰ ਸਾਰਿਆਂ ਨੂੰ ਉਹਦਾ ਪਤਾ ਲੱਗ ਚੁੱਕਿਆ ਹੋਣਾ ਕਿ ਹਰੀਕੇ ਪੱਤਣ ਦੇ ਉੱਤੇ ਜਿਹੜਾ ਪਾੜ ਪੈ ਚੁੱਕਿਆ। ਸੋ ਦੋਸਤੋ ਇਸ ਪਾੜ ਦੇ ਕਰਕੇ ਲਗਭਗ 20 ਤੋਂ 25 ਪਿੰਡ ਆਉਣ ਵਾਲੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਉਜੜ ਜਾਣੇ ਆ। ਸੋ ਹੁਣ ਇੱਕ ਵੀਡੀਓ ਸਾਹਮਣੇ ਆਇਆ ਜੋ ਕਿ ਬਾਈ ਭਾਨੇ ਸਿੱਧੂ ਨੇ ਬਣਾਇਆ ਗਾ, ਅਤੇ ਕਿਵੇਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਆਪਣਾ ਸਮਾਨ ਲੈ ਕੇ ਕਿਵੇਂ ਦੋਸਤੋ ਭੱਜ ਰਹੇ ਆ, ਜੋ ਤੁਹਾਨੂੰ ਦਿਖਾਉਣੇ ਆ ਉਹਨਾਂ ਪਿੰਡਾਂ ਦੇ ਹਾਲਾਤ। ਸੋ ਵੀਡੀਓ ਨੂੰ ਅੱਗੇ ਦੇ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਵੀਰ ਨੇੜੇ ਦੇ ਪਿੰਡਾਂ ਦੇ ਆ ਉਹ ਵੱਧ ਤੋਂ ਵੱਧ ਲੋਕ ਬੰਨ 'ਤੇ ਪਹੁੰਚ ਸਕਣ, ਅਤੇ ਇਹ ਹੋਣ ਵਾਲੇ ਉਜਾੜੇ ਨੂੰ ਜਿਹੜਾ ਉਹ ਘਟਾਇਆ ਜਾ ਸਕੇ। ਸੋ ਆ ਜੋ ਤੁਹਾਨੂੰ ਦਿਖਾਉਣਾ ਇਹ ਵੀਡੀਓ। ਆਹ ਜਿਹੜੀਆਂ ਤੁਹਾਨੂੰ ਫਸਲਾਂ ਦਿਖ ਰਹੀਆਂ ਨੇਗੀਆਂ, ਲੱਖ ਲੱਖ ਖੜੀਆਂ ਫਸਲਾਂ ਸਾਰੀਆਂ ਹੁਣ ਥੋੜੇ ਸਮੇਂ ਦੇ ਵਿੱਚ ਦੇਖਦੇ ਤੇ ਘੰਟਿਆਂ ਦੇ ਵਿੱਚ ਜਿਹੜੀਆਂ ਡੁੱਬ ਜਾਣੀਆਂ ਨੇਗੀਆਂ। ਮੈਂ ਦਿਖਾਤਾ ਤੁਹਾਨੂੰ ਲੋਕ ਕਿਵੇਂ ਘਰਾਂ ਤੋਂ ਪਹੁੰਚ ਜਾਂਦੇ ਆ ਸਮਾਨ ਲੱਗੇ ਤੇ ਨੇ ਬਾਈ। ਆਹ ਸਾਰੀ ਜਿਹੜੀ ਤਬਾਹੀ ਹੈ ਜਿਹੜੀ ਪੰਜਾਬ ਦੀ ਮਚ ਰਹੀ ਆ, ਮੂਹਰੇ ਮੈਂ ਤੁਹਾਨੂੰ ਦਿਖਾ ਦਾਂ ਵੀ ਕਿਵੇਂ ਸਮਾਨ ਲੈਂਦਾ ਘਰਾਂ ਦੇ ਵਿੱਚੋਂ ਭੱਜ ਰਹੇ ਨੇ ਬਾਈ। ਆਹ ਦਿਖਾ ਦਈਏ ਯਾਰ ਕਿਵੇਂ, ਦੇਖੋ ਇਹਨੂੰ ਕਹਿੰਦੇ ਨੇ ਜਾੜਾ ਬਾਈ। ਆਹ ਜਾੜਾ ਤੁਸੀਂ ਦੇਖਿਆ ਨੀ ਹੋਣਾ। ਆਹ ਦੇਖੋ ਮੱਝਾਂ ਕਿਵੇਂ ਲੈ ਲੈ ਬਾਈ ਮੱਝਾਂ ਗਾਂ ਹੁਣ। ਕਿਸ਼ਤੀਆਂ ਲੈ ਆਉਣੇ ਆ ਟਰਾਲੀਆਂ ਲੈ ਲੈ ਲੋਕ ਭੱਜ ਰਹੇ ਨੇ। ਆਹ ਸਾਰਾ ਜਿਹੜਾ ਏਰੀਆ ਹੋਣੀ ਦੇਖਦੇ ਦੇਖਦੇ ਡੁੱਬ ਜਾਣਾ। ਇੱਥੇ ਅਸੀਂ ਦੁਬਾਰਾ ਫਿਰ ਕਹਿਣਾ ਚਾਹੁੰਦੇ ਵੀ ਜਿਹਨਾਂ ਨੂੰ ਵੀ ਭਾਈ ਕਿਸ਼ਤੀਆਂ ਦੀ ਲੋੜ ਆ ਸਾਡੇ ਨਾਲ ਸੰਪਰਕ ਕਰ ਲਿਓ। ਤੇ ਆਹ ਦੇ ਬਾਈ ਇੱਧਰ ਤਾਂ ਡੁੱਬੇ ਹੋਇਆ ਸੀਗਾ, ਇੱਧਰ ਸਾਰਾ ਡੁੱਬੇ ਹੋਇਆ ਸੀਗਾ। ਹੁਣ ਆਹ ਵੱਡਾ ਬੰਨ ਜਿਹੜਾ ਸਾਰਾ ਪਾਣੀ ਇੱਧਰ ਨੂੰ ਆਹ ਸਾਰਾ ਕਿੰਨਾ ਏਰੀਆ ਡੁੱਬਣਾ ਬਾਈ, ਕਿੰਨੇ ਪਿੰਡ ਡੁੱਬਣੇ ਹੋਣੇ? ਪੱਚੀ ਤੀਹ ਪਿੰਡ ਡੁੱਬਣੇ। ਅੱਛਾ ਆਹ ਦੇਖ ਲਓ ਬਾਈ ਕਿਵੇਂ ਘਰਾਂ ਚੋਂ ਲੋਕ ਸਮਾਨ ਲੈ ਲੈ ਭੱਜ ਰਹੇ ਨੇ। ਸਾਰਾ ਕਹਿੰਦਾ ਬਾਈ ਕਹਿੰਦਾ 25-30 ਪਿੰਡ ਹੁਣ ਜਿਹੜੇ ਡੁੱਬਣਗੇ ਹੁਣ ਹਫੜਾ ਦਫੜੀ ਮੱਛੀ ਪਈ ਆ ਬਾਈ, ਬਹੁਤ ਵੱਡੀ ਜਿਹੜੀ ਹਫੜਾ ਦਫੜੀ ਮੱਛੀ ਪਈ ਆ। ਤੇ ਸਾਰਾ ਏਰੀਆ ਹੁਣ ਜਿਹੜੀ ਫਸਲਾਂ ਦੇਖੋ ਲੱਖ ਲੱਖ ਫਸਲ ਕੱਟ ਗਿਆ ਹਨਾ ਬਾਈ, ਤੁਹਾਡਾ ਤੇਰਾ ਪਿੰਡ ਤਾਂ ਨੀ ਹੈਗਾ ਬਾਈ ਇੱਧਰ ਥੱਲੇ? ਮੇਰਾ ਵੀ ਹੈਗਾ ਕੋਟ ਬੁੱਢਾ ਥੱਲੇ। ਅੱਛਾ ਆਹ ਦੇ ਬਾਈ ਆਹ ਸਾਰਾ ਸਮਾਨ ਘਰਾਂ ਦੇ ਘਰ ਵਿਹਲੇ ਕਿੱਥੇ ਜਾ ਰਹੇ ਨੇ, ਹਰੀ ਘਰ ਜਿਹੜਾ ਆਪਣੀ ਟੀਮਾਂ ਟੁੱਟਾਂ ਜਿਹਾ ਉੱਧਰ ਦੇਖ ਰਹੇ ਆ। ਅੱਛਾ ਦੁਬਾਰੇ ਚੋਣੇ ਲਾ ਦੇ। ਅੱਛਾ ਲੋਕਾਂ ਨੇ ਬੜੀ ਮਦਦ ਕੀਤੀ, ਪਨੀਰੀ ਪਨੂਰੀ ਦਿੱਤੀ। ਹਾਂ ਬਾਈ ਉਧਰ ਸਾਡੇ ਪਨੀਰੀ, ਆਹ ਦੇਖੋ ਸਮਾਨ ਬਾਈ ਕਿਵੇਂ ਲੱਗਿਆ।